welcom ਜੀ ਸਾਰਿਆਂ ਦਾ stock talk for you ਦੇ youtube ਚੈਨਲ ਦੇ ਉੱਪਰ ਅੱਜ ਆਪਾਂ ਗੱਲ ਕਰਾਂਗੇ ਕਿ ਇੰਟਰਐਕਟਿਵ ਬ੍ਰੋਕਰ ਦੇ ਵਿੱਚ ਆਪਾਂ ਪੈਨੀ ਸਟਾਕਸ ਬਾਏ ਕਰਨ ਲਈ ਪਰਮਿਸ਼ਨ ਕਿਸ ਤਰ੍ਹਾਂ ਅਪਲਾਈ ਕਰ ਸਕਦੇ ਹਾਂ ਕਿਉਂਕਿ ਇੰਟਰਐਕਟਿਵ ਬ੍ਰੋਕਰ ਦੇ ਉੱਪਰ ਜੇ ਤੁਹਾਨੂੰ ਪਰਮਿਸ਼ਨ ਨਹੀਂ ਤਾਂ ਤੁਸੀਂ ਪੈਨੀ ਸਟਾਕਸ ਨੂੰ ਬਾਏ ਨਹੀਂ ਕਰ ਸਕਦੇ ਇਹ ਪਰਮਿਸ਼ਨਸ ਤੁਸੀਂ ਫੋਨ ਐਪ ਦੇ ਥਰੂ ਵੀ ਅਪਲਾਈ ਕਰ ਸਕਦੇ ਹੋ ਤੇ ਡੈਸਕਟਾਪ ਤੇ ਜਾ ਕੇ ਵੀ ਅਪਲਾਈ ਕਰ ਸਕਦੇ ਹੋ ਇਸ ਵੀਡੀਓ ਦੇ ਵਿੱਚ ਮੈਂ ਗੱਲ ਕਰਾਂਗਾ ਕਿ ਆਪਾਂ ਫੋਨ ਐਪ ਦੇ ਥਰੂ ਕਿਸ ਤਰ੍ਹਾਂ ਅਪਲਾਈ ਕਰ ਸਕਦੇ ਹਾਂ ਜਦੋਂ ਤੁਸੀਂ ਫੋਨ ਐਪ ਖੋਲੋਗੇ ਤਾਂ ਤੁਸੀਂ ਸਾਈਡ ਮੈਨੂ ਦੇ ਵਿੱਚ ਜਾ ਕੇ ਅਕਾਊਂਟ ਮੈਨੇਜਮੈਂਟ ਦੇ ਵਿੱਚ ਜਾਣਾ ਹੈ ਸਕਰੋਲ ਡਾਊਨ ਕਰਕੇ ਉੱਥੇ ਆਪਸ਼ਨ ਆਵੇਗੀ ਟਰੇਡਿੰਗ ਪਰਮਿਸ਼ਨਸ ਦੀ ਸੋ ਤੁਸੀਂ ਟਰੇਡਿੰਗ ਪਰਮਿਸ਼ਨ ਦੇ ਉੱਪਰ ਕਲਿੱਕ ਕਰ ਦੇਣਾ ਹੈ ਇਹ ਤੁਹਾਨੂੰ ਨੈਕਸਟ ਪੇਜ ਦੇ ਉੱਪਰ ਲੈ ਜਾਵੇਗਾ ਜਿੱਥੇ ਤੁਸੀਂ ਅਪਲਾਈ ਕਰਦੇ ਹੋ ਸਟਾਕਸ ਦੇ ਲਈ ਪਰਮਿਸ਼ਨ ਸੋ ਇਸ ਦੇ ਵਿੱਚ ਤੁਸੀਂ ਆਪਸ਼ਨਸ ਦੇ ਸਕਦੇ ਹੋ ਕਿ ਕਿਹੜੇ ਸਟਾਕ ਬਾਏ ਕਰਨੇ ਹਨ ਕੈਨੇਡਾ ਯੂ ਐਸ ਦੇ ਵਿੱਚ ਅਤੇ ਨਾਲ ਇੱਕ ਆਪਸ਼ਨ ਹੈ ਯੂਨਾਈਟਿਡ ਸਟੇਟਸ ਪੈਨੀ ਸਟਾਕਸ ਸੋ ਜਦੋਂ ਤੁਸੀਂ ਇਸ অপਸ਼ਨ ਦੇ ਉੱਪਰ ਕਲਿੱਕ ਕਰੋਗੇ ਉਸ ਤੋਂ ਬਾਅਦ ਤੁਸੀਂ ਜਿਹੜੇ ਹੈ ਪੈਨੀ ਸਟਾਕ ਨੂੰ ਬਾਏ ਕਰਨਾ ਸ਼ੁਰੂ ਕਰ ਸਕਦੇ ਹੋ ਇਸੇ ਤਰ੍ਹਾਂ ਹੀ ਤੁਸੀਂ অপਸ਼ਨ ਦੇ ਵਿੱਚ ਜਾ ਕੇ অপਸ਼ਨ ਟ੍ਰੇਡ ਕਰਨ ਦੀ ਪਰਮਿਸ਼ਨ ਵੀ ਅਪਲਾਈ ਕਰ ਸਕਦੇ ਹੋ ਸੋ ਤੁਹਾਨੂੰ ਐਡ ਕਰਨਾ ਪਵੇਗਾ ਕਿ ਤੁਹਾਡਾ ਟ੍ਰੇਡਿੰਗ ਦਾ ਕਿੰਨਾ ਐਕਸਪੀਰੀਅੰਸ ਹੈ ਅਤੇ ਕਿੰਨੀਆਂ ਟ੍ਰੇਡ ਕਰਦੇ ਹੋ ਅਤੇ ਨਾਲ ਦੀ ਨਾਲ ਨੌਲੇਜ ਕੀ ਹੈ ਇੱਥੇ ਹੀ ਤੁਸੀਂ ਬੌਂਡਸ ਦੀ ਪਰਮਿਸ਼ਨ ਵੀ ਅਪਲਾਈ ਕਰ ਸਕਦੇ ਹੋ ਇਹ ਸਾਰੀਆਂ ਪਰਮਿਸ਼ਨ ਤੁਸੀਂ ਇੱਕ ਵਾਰ ਦੇ ਵਿੱਚ ਹੀ ਅਪਲਾਈ ਕਰ ਸਕਦੇ ਹੋ ਜਾਂ ਜਦੋਂ ਵੀ ਤੁਹਾਨੂੰ ਲੋੜ ਹੈ ਉਦੋਂ ਵਾਪਸ ਆਣ ਕੇ ਅਪਲਾਈ ਕਰ ਸਕਦੇ ਹੋ ਸੋ ਜਦੋਂ ਤੁਸੀਂ ਅਕਾਊਂਟ ਬਣਾਉਂਦੇ ਹੋ ਤਾਂ ਵੀ ਆਪਸ਼ਨ ਹੁੰਦੀ ਹੈ ਜਦੋਂ ਅਕਾਊਂਟ ਬਣ ਗਿਆ ਬਾਅਦ ਦੇ ਵਿੱਚ ਤੁਸੀਂ ਆਣ ਕੇ ਵੀ ਅਪਲਾਈ ਕਰ ਸਕਦੇ ਹੋ ਸੋ ਇੱਥੇ ਕੰਟੀਨਿਊ ਕਲਿੱਕ ਕਰ ਦੇਣਾ ਹੈ ਪਰ ਇਸ ਤੋਂ ਬਾਅਦ ਕਈ ਵਾਰੀ ਇੱਕ 에ਰਰ ਆ ਜਾਂਦਾ ਹੈ ਕਿ ਤੁਹਾਡਾ ਜਿਹੜਾ ਨੈਟ ਵਰਥ ਹੈ ਉਹ ਸਹੀ ਨਹੀਂ ਤੁਸੀਂ ਐਡ ਕੀਤਾ ਸੋ ਤੁਸੀਂ ਬੈਕ ਜਾ ਕੇ ਉਹ 에ਰਰ ਦੇ ਅਕੋਰਡਿੰਗ ਆਪਣਾ ਨੈਟ ਵਰਥ ਤੇ ਜਿਹੜੀ ਅਰਨਿੰਗ ਹੈ ਉਹ ਸਾਰਾ ਪਾ ਦਿਓ ਸੁਸਤੀ ਇੱਕ ਸਿੰਪਲ ਕੈਲਕੂਲੇਸ਼ਨ ਹੁੰਦੀ ਹੈ ਐਸੈਟਸ ਮਾਈਨਸ ਲਾਇਬਿਲਿਟੀ ਸੋ ਜੋ ਵੀ ਇੰਟਰਐਕਟਿਵ ਬ੍ਰੋਕਰ ਦੀ ਰਿਕੁਆਇਰਮੈਂਟ ਹੈ ਉਸਤੇ ਨਾਲ ਤੁਹਾਡਾ ਨੈਟਵਰਥ ਮੀਟ ਕਰਨਾ ਚਾਹੀਦਾ ਹੈ ਨਹੀਂ ਤਾਂ ਉਹ ਤੁਹਾਨੂੰ ਪੈਨੀ ਸਟਾਕ ਜਾਂ ਕੋਈ ਹੋਰ ਪਰਮਿਸ਼ਨ ਨਹੀਂ ਦੇਣਗੇ ਥੈਂਕ ਯੂ ਸਾਰਿਆਂ ਦਾ ਜੀ ਇਹ ਵੀਡੀਓ ਦੇਖਣ